ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮੈਂ ਸ਼ਾਹੀ ਪਨੀਰ ਬਣਾਉਣ ਲੱਗੀ ਹਾਂ। ਸ਼ਾਹੀ ਪਨੀਰ ਵਾਸਤੇ ਮੈਂ 4 ਕਲੀਆਂ ਲਸਣ ਦੀਆਂ ਲਈਆਂ, 2 ਹਰੀਆਂ ਮਿਰਚਾਂ, ਥੋੜ੍ਹੀ ਜਿਹੀ ਅਦਰਕ ਲਈ ਆ, ਅੱਧਾ ਪਿਆਜ਼ ਲਿਆ ਆ, 2 ਟਮਾਟਰ ਲਏ ਆ, ਕਿਉਂਕਿ ਇਹਦੇ ਵਿੱਚ ਆਪਾਂ ਨੂੰ ਟਮਾਟਰ ਜ਼ਿਆਦਾ ਪਾਉਣੇ ਹੁੰਦੇ ਆ, ਪਿਆਜ਼ ਥੋੜ੍ਹਾ ਪਾਉਣਾ ਹੁੰਦਾ ਆ। ਅਤੇ ਹੁਣ ਆਪਾਂ ਇਹਨੂੰ ਤਿਆਰ ਕਰਦੇ ਹਾਂ। ਸਭ ਤੋਂ ਫਸਟ ਆਪਾਂ ਇਹਦੇ ਵਿੱਚ ਤੇਲ ਪਾਉਂਦੇ ਹਾਂ। ਤੁਸੀਂ ਚਾਹੋ ਮੱਖਣ ਵੀ ਪਾ ਸਕਦੇ ਹਾਂ, ਦੇਸੀ ਘੇ ਵੀ ਪਾ ਸਕਦੇ ਹਾਂ, ਪਰ ਸਾਡੇ ਬੱਚੇ ਖਾਂਦੇ ਨਹੀਂ ਹੈਗੇ, ਦੇਸੀ ਘੇ ਬਹੁਤ ਘੱਟ ਖਾ ਕੇ ਖੁਸ਼ ਆ। ਟਮਾਟਰ ਕਰੀਏ, 5 ਮਿੰਟ ਫਰਾਈ ਕਰਦੇ ਹਾਂ, ਫਿਰ ਆਪਾਂ ਨੂੰ ਠੰਡਾ ਕਰਾਂਗੇ, ਫਿਰ ਗ੍ਰੈਂਡ ਕਰਦੇ ਹਾਂ। ਹਲਦੀ ਪਾਵਾਂਗੇ, ਹਲਦੀ ਪਾਵਾਂਗੇ, ਦੇਗੀ ਮਿਰਚ ਪਾਵਾਂਗੇ, ਥੋੜ੍ਹੀ ਕਾਲੀ ਮਿਰਚ ਪਾਵਾਂਗੇ, ਗਰਮ ਮਸਾਲਾ ਪਾਵਾਂਗੇ ਬਹੁਤ ਥੋੜ੍ਹਾ ਜਿਹਾ। ਇਹਨੂੰ ਹੁਣ ਆਪਾਂ ਗੈਸ ਬੰਦ ਕਰ ਦੇਣੀ ਆ, ਇਹਨੂੰ ਹੁਣ ਆਪਾਂ ਠੰਡਾ ਕਰਦੇ ਹਾਂ, ਅਤੇ ਫਿਰ ਆਪਾਂ ਇਹਨੂੰ ਗ੍ਰੈਂਡ ਕਰਾਂਗੇ ਮਸਾਲੇ ਨੂੰ। ਹੁਣ ਗ੍ਰੈਂਡ ਠੰਡੀ ਹੋ ਗਈ, ਅਤੇ ਹੁਣ ਆਪਾਂ ਇਹਨੂੰ ਮਸਾਲੇ ਦੀ ਆਪਾਂ ਬਿਲਕੁਲ ਇਸ ਤਰ੍ਹਾਂ ਗ੍ਰੇਵੀ ਬਣਾ ਲਈ ਹੈ। ਅਤੇ ਹੁਣ ਆਪਾਂ ਕੜਾਹੀ 'ਚ ਥੋੜ੍ਹਾ ਜਿਹਾ ਆਇਲ ਪਾਉਂਦੇ ਹਾਂ, ਕਿਉਂਕਿ ਮੈਂ ਬਹੁਤ ਦੇਸੀ ਜਿਹੇ ਤਰੀਕੇ ਨਾਲ ਹੀ ਬਣਾਇਆ ਹੈ। ਉੱਦਾਂ ਤੁਸੀਂ ਤੇਜ਼ ਪੱਤਾ, ਹੋਰ ਖੜ੍ਹੇ ਮਸਾਲੇ ਪਾ ਸਕਦੇ ਹਾਂ, ਪਰ ਮੈਂ ਕੁਛ ਨਹੀਂ ਪਾਇਆ ਹੈਗਾ, ਕਿਉਂਕਿ ਸਿੰਪਲ ਜਿਹੇ ਸਾਡੇ ਨੇੜੇ ਖਾਂਦੇ ਕਰਕੇ ਨਾ ਸਿੰਪਲ ਜਿਹਾ ਹੀ ਬਣਾਇਆ, ਛੰਨਣ ਮੰਗਣ ਜ਼ਿਆਦਾ ਨਹੀਂ ਕੀਤੇ। ਹੁਣ ਆਪਾਂ ਇਹਦੇ 'ਚ ਪਨੀਰ ਪਾਵਾਂਗੇ, ਸਤਿ ਸ਼੍ਰੀ ਅਕਾਲ।
ਲੂਣ ਪਾਉਣੇ ਆ। ਕਰੀਮ ਤੁਸੀਂ ਆਪਣੇ ਹਿਸਾਬ ਨਾਲ ਸਕਦੇ ਹੋ, ਥੋੜੀ ਜ਼ਿਆਦੀ ਜਿੰਨੀ ਤੁਸੀਂ ਚਾਹੋ, ਕਿਉਂਕਿ ਨਾ ਕੌੜਾ ਹੁੰਦਾ ਨਾ ਖੱਟਾ ਮਿੱਠਾ ਜਿਹਾ ਹੁੰਦਾ ਹੈਗਾ ਸਵਾਦ ਸ਼ਾਹੀ ਪਨੀਰ ਦਾ। ਥੋੜੀ ਮੈਂ ਆਪਾਂ ਉਬਾਲੀ ਦਿੰਦੇ, ਇੱਕ ਦੋ ਮਿੰਟ ਰਹਿੰਦੇ ਹਾਂ। ਸ਼ਾਹੀ ਪਨੀਰ ਆਪਣਾ ਬਣ ਕੇ ਤਿਆਰ ਹੋ ਗਿਆ। ਆਪਾਂ ਇਹਦੇ ਵਿੱਚ ਮੇਥੀ, ਕਸਤੂਰੀ ਮੇਥੀ ਪਾਵਾਂਗੇ। ਸ਼ਾਹੀ ਪਨੀਰ ਆਪਣਾ ਬਣ ਕੇ ਤਿਆਰ ਹੋ ਗਿਆ, ਹੁਣ ਆਪਾਂ ਬਹਿ ਕੇ ਖਾਂਦੇ ਹਾਂ। ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ, ਇਹਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ।